ਪੰਜਾਬ ਵਿੱਚ ਚੱਲ ਰਹੇ ਦੋ ਵੱਡੇ ਪ੍ਰੋਜੈਕਟ ਬਠਿੰਡਾ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਮਾਨਸਾ ਵਿੱਚ ਕੰਮ ਕਰ ਰਹੀਆਂ ਨਿਰਮਾਣ ਕੰਪਨੀਆਂ ਦੇ ਤਹਿਤ ਕੰਮ ਕਰਨ ਵਾਲੇ ਠੇਕੇਦਾਰਾਂ ਤੇ ਮਜ਼ਦੂਰਾਂ ਵਿੱਚ ਇਹਨਾਂ ਦਿਨੀਆਂ ਇਹਨਾਂ ਕੰਪਨੀਆਂ ਖਿਲਾਫ ਭਾਰੀ ਰੋਸ ਪੈ ਜਾ ਰਿਹਾ। ਇਸ ਰੋਸ ਦਾ ਅਸਲ ਕਾਰਨ ਕੀ ਹੈ, ਇਸ ਲਈ ਵੇਖਦੇ ਹਾਂ ਇੱਕ ਖਾਸ ਰਿਪੋਰਟ। ਪੰਜਾਬ ਵਿੱਚ ਇਸ ਸਮੇਂ ਦੋ ਵੱਡੇ ਪ੍ਰੋਜੈਕਟ ਚੱਲ ਰਹੇ ਨੇ ਜਿਨ੍ਹਾਂ ਵਿੱਚ ਅਨੇਕਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ। ਇਹ ਪ੍ਰੋਜੈਕਟ ਨੇ ਬਠਿੰਡਾ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਮਾਨਸਾ, ਪਰ ਇਹਨਾਂ ਪ੍ਰੋਜੈਕਟਾਂ ਵਿੱਚ ਕੰਮ ਕਰ ਰਹੀਆਂ ਨਿਰਮਾਣ ਕੰਪਨੀਆਂ ਦੇ ਲਈ ਕੰਮ ਕਰਨ ਵਾਲੇ ਠੇਕੇਦਾਰਾਂ ਅਤੇ ਮਜ਼ਦੂਰਾਂ ਵਿੱਚ ਇਹਨਾਂ ਕੰਪਨੀਆਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ। ਰੋਸ ਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਲੋਕਾਂ ਨੇ ਕੰਪਨੀ ਤੇ ਉਹਨਾਂ ਦੀ ਬਣਦੀ ਕਰੋੜਾਂ ਰੁਪਏ ਦੀ ਪੇਮੈਂਟ ਅਤੇ ਮਜ਼ਦੂਰੀ ਨਾ ਦੇਣ ਦੇ ਸੰਗੀਨ ਦੋਸ਼ ਲਗਾਏ ਨੇ। ਬਠਿੰਡਾ ਦੀ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਗੇਟ ਦੇ ਬਾਹਰ ਠੇਕੇਦਾਰਾਂ ਵੱਲੋਂ ਕੰਪਨੀ GDCL, ਪੈਟਰਨ ਸਿਵਲ ਕੰਪਨੀ, ਕੰਪਨੀ ਫਾਈਨ ਹੋਪ ਅਤੇ ਕੰਪਨੀ ਚਾਈਨਾ ਫਾਇਰ ਦੇ ਅਧਿਕਾਰੀਆਂ ਨੂੰ ਪਾਵਰ ਪਲਾਂਟ ਦੇ ਅੰਦਰ ਜਾਣ ਤੋਂ ਰੋਕ ਲਿਆ ਅਤੇ ਉਹਨਾਂ ਆਪਣੀ ਬਣਦੀ ਪੇਮੈਂਟ ਦੀ ਮੰਗ ਕੀਤੀ। ਉੱਧਰ ਇਸ ਮੌਕੇ ਤੇ ਮੌਜੂਦ ਵੱਖ ਵੱਖ TV ਚੈਨਲਾਂ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਿਤ ਠੇਕੇਦਾਰਾਂ ਨੇ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਉਹਨਾਂ ਦੀ ਪੇਮੈਂਟ ਰੁਕੀ ਹੋਈ ਹੈ ਜੋ ਕਿ ਕਰੋੜਾਂ ਰੁਪਏ ਬਣਦੀ ਹੈ। ਉਹਨਾਂ ਕਿਹਾ ਜਦੋਂ ਕਿ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦਾ ਕੰਮ ਪੂਰਾ ਹੋ ਕੇ ਰਿਫਾਈਨਰੀ ਵਿੱਚ ਕੰਮ ਵੀ ਚਾਲੂ ਹੋ ਚੁੱਕਿਆ। ਇਸ ਦੇ ਨਾਲ ਹੀ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਕੰਮ ਵੀ ਕਾਫੀ ਹੱਦ ਤੱਕ ਮੁਕੰਮਲ ਹੋ ਚੁੱਕਿਆ, ਪਰ ਫਿਰ ਵੀ ਇਹ ਕੰਪਨੀਆਂ ਠੇਕੇਦਾਰਾਂ ਦੇ ਪੈਸੇ ਦੇਣ ਵਿੱਚ ਟਾਲ ਮਟੋਲ ਕਰ ਰਹੀਆਂ ਨੇ। ਜੋ ਪੈਟਰੋਨ ਮੈਂ ਸਰ ਰਿਫਾਈਨਰੀ ਮੈਂ ਆਪਣਾ 13 ਲੱਖ ਰੁਪਿਆ ਹੈ ਸਰ, ਢਾਈ ਸਾਲ ਹੋ ਗਿਆ ਸਰ। ਪੈਸਾ ਮੰਗਣੇ ਹੈੱਡ ਆਫਿਸ ਤੱਕ ਗਏ ਸਰ, ਵਹਾਂ ਪੇ ਬੋਲਤਾ ਹੈ ਕਿ ਪੈਸਾ ਆਜ ਕੱਲ ਕਰਤਾ ਹੈ, ਦੁਬੇਦੀ ਜੀ ਹੈ ਵਹਾਂ ਪੇ, ਉਨਸੇ ਵੀ ਮੀਟਿੰਗ ਹੁਆ ਸਰ, ਹਮ ਲੋਕ ਸਾਰੇ ਆਦਮੀ ਗਏ ਥੇ, ਵਹਾਂ ਪੇ ਬੋਲਤਾ ਹੈ ਕਿ ਆਜ ਇੱਕ ਹਫ਼ਤਾ ਮੇ ਦੇ ਦੇਂਗੇ, ਦੋ ਹਫ਼ਤਾ ਮੇ ਦੇ ਦੇਂਗੇ, ਔਰ ਫੋਨ ਵੀ ਕਰਤੇ ਉਠਾਤਾ, ਫੋਨ ਰਿਸੀਵ ਕਰਕੇ ਯਹੀ ਬੋਲਤਾ ਹੈ ਸਰ ਕਿ ਆਜ ਕੱਲ ਲੇਬਰ ਕੰਟ੍ਰੈਕਟਰ ਹੈ ਸਰ, ਹਮਾਰਾ ਲੇਬਰ ਕਾ ਪੈਸਾ ਜਾ ਕਰਕੇ ਮੇਰੇ ਘਰ ਮੇ ਜਾ ਕਰਕੇ ਗਾਲੀ ਉਲੀ ਦੇਤਾ ਹੈ ਸਰ, ਮੇਰੇ ਘਰ ਪੇ ਜਾ ਕਰਕੇ ਇਤਨਾ ਬੋਲਨੇ ਕੇ ਬਾਅਦ ਵੀ ਪੈਸਾ ਇਹ ਲੋਕ ਨਹੀਂ ਦੇਤਾ ਹੈ। ਮੈਂ ਸੋਚਤਾ ਹੂੰ ਸਰ ਕਿ ਇੱਕ ਆਦਮੀ ਸੇ ਹੋਣੇ ਸੇ ਨਹੀਂ ਹੋਗਾ ਸਰ, ਸਾਰੇ ਆਦਮੀ ਇਕੱਠੇ ਹੋ ਕਰਕੇ ਪੈਸਾ ਮੰਗਣੇ ਸੇ ਥੋੜਾ ਸਾ ਪ੍ਰੈਸ਼ਰ ਬਣੇਗਾ ਔਰ ਪੈਸਾ ਮੇਰਾ ਮਿਲ ਜਾਏਗਾ। ਹਮ ਲੋਕ ਇਹ ਜੋ ਹੈ ਸਰ 3.5 ਕਰੋੜ ਰੁਪਿਆ ਲਗਭਗ ਹੈ ਸਰ, ਇਹ ਸਾਰੇ ਕੰਟ੍ਰੈਕਟਰ ਮਿਲਾ ਕਰ ਪੈਟਰੋਨ ਸੇ ਰਿਫੈਂਡੀ ਕੀ ਸਾਢੇ 9 ਲੱਖ ਰੁਪਿਆ ਹਮਾਰਾ ਹੈ। ਆਪ ਪੈਟਰੋਨ ਸੇ ਹੈ ਜੀ? ਆਪਨੇ ਕਿਸ ਸੇ ਪੈਸਾ ਲੈਣਾ ਹੈ? ਲੈਣਾ ਹੈ ਅਲੀ ਸਾਹਿਬ ਸੇ। ਅਲੀ ਸਾਹਿਬ ਕੌਨ ਸੀ ਕੰਪਨੀ ਸੇ? ਪੈਟਰੋਨ ਸੇ, ਸਾਢੇ 9 ਲੱਖ ਰੁਪਏ। ਕਿਤਨੀ ਦੇਰ ਸੇ? ਲਗਭਗ 2.5 ਸਾਲ। ਆਪਨੇ ਕੰਮ ਕੀਆ ਥਾ ਔਰ ਯਹਾਂ ਪੇ ਵੀ ਕੰਮ ਕੀਆ ਥਾ, ਬਾਤਚੀਤ ਚਲਤੇ ਰਹ ਗਈ, ਮਿਲ ਜਾਏਗਾ, ਫੰਡ ਆਨੇ ਦੋ, ਫੰਡ ਆਨੇ ਦੋ, ਫਿਰ ਬੋਲੇ ਨੇ ਹੈੱਡ ਆਫਿਸ ਸਬਮਿਟ ਕਰ ਦੀਏ ਸਾਰੇ ਪੇਪਰ, ਆਪ ਲੋਕ ਹੈੱਡ ਆਫਿਸ ਸੇ ਲੋ। ਮੈਨੇ 4 ਵਾਰ ਹੈੱਡ ਆਫਿਸ ਗਿਆ, उसके बाद वहाँ पर 4 दिन बाद आएंगे, 15 दिन बाद आएंगे, टाइम देते, 4-5 बार हम लोग गए और हम लोग इस लायक नहीं है कि हम हेड ऑफिस से ले सकते हैं, इसलिए मैंने यहाँ पर उनको बुलाया कि आप सारे आदमियों के सामने में हमारा पैसा कब देंगे, कल दे रहे हैं या परसों दे रहे हैं, ये आप हमको बॉन्डेड कर दिए। पेट्रोल कंपनी तो लेना है? कितना पैसा? मेरा ख्याल 1.25 लाख रुपया। असं वेस्ट पानी दे लेने ने, वेट कर लो जी, 10 दिन वेट कर लो, DG रख लेना ने मेरे जी, मेरे इन्होंने कॉन्टैक्ट कर लिया भी जो टुट फुट होगी साड़ी होगी, मेरा ख्याल मैं मैंने 620 रुपये 1 साल च बचे ने 2 जनरेटर के, ये सारा कुछ यही खा गए जी। उधर जदों साड़ी टीम के पत्रकार ने कंपनी के अधिकारियों नाल इस संबंधी गलबात की तो उन्होंने पेमेंट की देनदारी की गल भी कबूली, पर कदों देणगे इस गल नूं गोलमोल कर दिता। पेमेंट तो अब पेमेंट के लिए तो किसी का पेमेंट बैठ के तो नहीं रहा जा सकता, पेमेंट तो देना ही पड़ेगा, देना ही है क्योंकि काम कराया है तो देना ही पड़ेगा, विधानता सबको देगा तो हम लोग भी देगा, इसमें तो कोई ऐसा है नहीं कि हम लोग किसी का होल्ड करके रखेगा पैसा। नहीं, आपकी कंपनी को कोई विधानता से प्रॉब्लम आ रही है पेमेंट में? अब इस बारे में तो आपको सबको मालूम ही है, क्या बोलेंगे? नहीं सर, सबको मालूम होना एक अलग बात होती है, तो आप अपना बताइए ना। तो हमारा तो व्यू यही है कि हमको पेमेंट नहीं मिला है तो ये तो सच्चाई है, ऐसा जब पेमेंट मिलेगा तो हम देंगे सबको। ऐसा जी देख रहे हैं सबका बैठ करके साथ में किसका क्या है, उसको हम लोग सब उसको हल करेंगे, सबका जो होगा दिया जाएगा बस। एक ऐसा जी कहते 2 साल का पैसा बाकी था, उसके बाद आपने कुछ चेक दिए, 2-2 महीने बाद वो चेक भी बाउंस हो गए हैं, ऐसा कुछ भी है? ऐसा चेक करना पड़ेगा, मेरे को भी पूरा मालूम नहीं है, मैं अभी आया हूँ जी। कुछ नहीं है मुझे, मैं तो कह रहा हूँ आप जिसका है मेरे साथ बैठो और उसको हम लोग हल करेंगे। बात सुनो जी, मैं भी तो अभी आया हूँ ना, मेरे को मालूम नहीं है पूरा, जब तक मैं जान ना लूँ मैं क्या बताऊँ मैं, जब तक हम कहीं उसको डिनाई नहीं कर रहे, नहीं देना है किसका, कोई आदमी कहे जी मेरा ये है, अभी आए थे मेरे पास, क्या नाम है इनका, JDNS वाले आए थे, इनसे पूछो, मैंने इनसे बात करी नहीं करी, क्या है सॉल्यूशन निकालने की बात करी, इन्हें हमने कुछ प्रॉमिस भी करा है, हमने कहा मंडे आओ बात करेंगे, हमारा यही था कि आदमी हमारे भाग गए, इससे दिक्कत हो गया सारा। ये बात मैं मानता हूँ, जैसे साहब कह रहे हैं बुजुर्ग आदमी है वो भी, कि भाई वो उन्होंने बात करने का ढंग नहीं आता है, ये हम देखेंगे, उसे बंदे ही हमारे भाग गए, हम किसको क्या पकड़ें।
इसमें हम लोग का जो रिफाइनरी में जो काम किया था, ये रिफाइनरी का अपना स्टाफ लोग है, कॉन्ट्रेक्टर लोग है, ठीक है। तो रिफाइनरी में जो काम किया था तो उसमें हम लोग काम किया था भारत हैवी इलेक्ट्रिकल्स लिमिटेड का अंडर। तो इसमें भारत हैवी इलेक्ट्रिकल्स लिमिटेड का तरफ से हम लोग को 4.7 करोड़ देना है। लास्ट जो फाइनल बिल हुआ है, फाइनल बिल लास्ट मंथ में सेटल हुआ है, और सेटलमेंट का बाद अभी सर्टिफाइड जो अमाउंट है 4.7 करोड़। हम लोग का लाइबिलिटीज है नियर अबाउट लेस देन 3 करोड़, और उसके लिए ऑलरेडी BSL का साथ, BSL दैट मीन्स भारत हैवी इलेक्ट्रिकल्स लिमिटेड का साथ बातचीत हुआ है, और लास्ट वीक में भी बात किया। लास्ट वीक हम लोग को रिक्वेस्ट किया था, उसके हिसाब से कंटिन्यूसली हम लोग प्रेशर दे रहे हैं BSL को। BSL जैसे पेमेंट देगा तो साथ साथ ये लाइबिलिटीज क्लियर हो जाएगा। हुण देखना यह होगा कि यह कंपनियां इन्हां ठेकेदारां दी मेहनत अते हक दे पैसे दिंदियां ने, जां फिर इन्हां पीड़ित ठेकेदारां ते मजदूरां नूं इस दे लई मजबूरन कानून दा दरवाजा खड़काउणा पएगा, क्योंकि पेंडिंग पेमेंट इन्नी ज़्यादा है कि इस दी कमी दे कारण ठेकेदारां दा कम ठप्प होण दी कगार ते पहुंच चुके है। बठिंडा तो विनोद कुमार बंसल दे नाल कैमरामैन विक्रम कुमार दी रिपोर्ट, खबर फास्ट।